ਕਹਿੰਦੇ ਅਸੀਂ ਇਹ ਜਿਹੜੇ ਮਾਨ ਵਾਸਤੇ ਰਸ ਨੇ ਨਾ ਅਸੀਂ ਮਾਇਆ ਦੇ ਕਰ ਫਰਮਾਇਆ ਖਾਇਆ ਇਹ ਕਾਸ ਨੇ ਮਨ ਵਾਸਤੇ ਇਹਦੇ ਨਾਲ ਮਨ ਵਿਗੜੀ ਜਾਂਦਾ ਇਹ ਲੋਹਾ ਮਨ ਜਮਾਲਿਆ ਜਾਂਦਾ ਇਹਦੇ ਨਾਲ ਜੰਗ ਲੱਗ ਜਾਂਦੀ ਹੈ ਇਹ ਮਨੂਰ ਬਣ ਜਾਂਦਾ ਜਿਵੇਂ ਪਾਣੀ ਲੱਗ ਕੇ ਲੋਹਾ ਸਾਰਾ ਗਲ ਜਾਂਦਾ ਮਨ ਗਲ ਜਾਂਦਾ ਇਹਦੇ ਨਾਲ ਮਨੂਰ ਬਣ ਜਾਂਦਾ ਇਹ ਮਨੂਰ ਨੂੰ ਕਾਂਚੇ ਨੂੰ ਬਣਾਉਣਾ ਪਹਿਲਾਂ ਤਾਂ ਕਥਾਂ ਦੀ ਸੰਗਤ ਚੜਾਉਣੀ ਪਊਗਾ ਜੀ ਕਾਂਚਨ ਭਏ ਮਨੂਰਾ ਇਹ ਝੜ ਜੂਗਾ ਕਸ ਸਾਰਾ ਤੁਹਾਡੇ ਉੱਤੇ ਜਗਾਲ ਜਿਹੜੀ ਹੈ ਝੜ ਜਾਂਦੀ ਹੈ ਰੰਗ ਸੰਮਲ ਪਾਪ ਤੇਰੇ ਮਨੂਆ ਇਹ ਮਨ ਦੇ ਉੱਤੇ ਜਿਹੜੇ ਪਾਪ ਨੇ ਕਸ ਕਰਕੇ ਪਾਪ ਨੇ ਤੇਰੇ 'ਚ ਮਾਇਆ ਦੇ ਜਿਹੜੇ ਟੇਸਟ ਨੇ ਤੈਨੂੰ ਮਾਇਆ ਦੀ ਜਿਹੜੇ ਤੈਨੂੰ ਭੁੱਖ ਹੈ ਇਹ ਕਸ ਨੇ ਇਹਦੇ ਕਰਕੇ ਤੂੰ ਸੋਚਦਾ ਉਹ ਸੋਚਣਾ ਹੀ ਤੇਰਾ ਪਾਪ ਹੈ ਇਹ ਪਾਪ ਜਦ ਕਸ ਨਹੀਂ ਰਹਿਣੇ ਇੱਛਾ ਨਹੀਂ ਰਹੂਗੀ ਮਾਇਆ ਦੇ ਪਦਾਰਥਾਂ ਦੀ ਉਹ ਝੜ ਜਾਊਗਾ ਪਹਿਲਾ ਜੰਗ ਝੜ ਜਾਊਗਾ ਨਵਾਂ ਨਹੀਂ ਲੱਗੂਗਾ ਸੰਭਲ ਪਾਪ ਤੇਰੇ ਮਨੂਆ ਅੰਮ੍ਰਿਤ ਇਹ ਮਨ ਦੇ ਰਾੜ ਨੇ ਪਾਪ ਲੱਗੇ ਹੋਏ ਸਾਰੇ ਅੰਮ੍ਰਿਤ ਕਥਾ ਸੰਤ ਸੰਗ ਸੁਣਵਾ ਆਹ ਦੇਖੋ ਇੱਥੇ ਨਾਮ ਜਪਣ ਦੀ ਗੱਲ ਨਹੀਂ ਹੈ ਭਗਤੀ ਕਰਨ ਦੀ ਗੱਲ ਨਹੀਂ ਹੈ ਆਰਾਧਨ ਦੀ ਗੱਲ ਨਹੀਂ ਹੈ ਮਾਲਾ ਫੇਰਨ ਦੀ ਗੱਲ ਨਹੀਂ ਹੈ ਸਮਾਧੀ ਲਾਉਣ ਦੀ ਗੱਲ ਨਹੀਂ ਹੈ ਕੀ ਹੈ ਆਹ ਗੁਰਬਾਣੀ ਦੀ ਕਥਾ ਸੁਣਨੀ ਹੈ ਅੰਮ੍ਰਿਤ ਕਥਾ ਸੰਤ ਇਹ ਅੰਮ੍ਰਿਤ ਕਥਾ ਸੁਣਨੀ ਹੈ ਅੰਮ੍ਰਿਤ ਕਥਾ ਸੁਣਨੀ ਕਿਵੇਂ ਸੰਤ ਸੰਗ ਸੁਣਨੀ ਸੰਤ ਸੰਗ ਕਿਵੇਂ ਸੁਣੀ ਦੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਸੁਣਨੀ ਹੈ ਜੇ ਤਾਂ ਆਈ ਗਈ ਨਾਲ ਦੀ ਨਾਲ ਸ਼ਾਂਤੀ ਕਥਾ ਸੁਣਦੀ ਸਾਰ ਫਿਰ ਤਾਂ ਸੰਤ ਸੰਗ ਸੁਣ ਰਿਹਾ ਜੇ ਸ਼ਾਂਤੀ ਨਾ ਆਈ ਫਿਰ ਨਹੀਂ ਸੁਣ ਰਿਹਾ ਫਿਰ ਸੁਣਾਉਣ ਵਾਲਾ ਸੰਤ ਸੰਗ ਸੁਣਾ ਨਹੀਂ ਰਿਹਾ ਜਾਂ ਤਾਂ ਉੱਧਰੋਂ ਗਰਮ ਹਵਾ ਆ ਰਹੀ ਹੈ ਜਿੱਧਰੋਂ ਆ ਰਹੀ ਹੈ ਉੱਧਰੋਂ ਹੀ ਹਵਾ ਹੋਰ ਆ ਰਹੀ ਹੈ ਜਾਂ ਫਿਰ ਤੂੰ ਨਹੀਂ ਸੰਤ ਸੰਗ ਸੁਣ ਰਿਹਾ ਅੰਮ੍ਰਿਤ ਕਥਾ ਸੰਤ ਸੰਗ ਜਦੋਂ ਗੁਰਮਤ ਦੀ ਕਥਾ ਇਹ ਅੰਮ੍ਰਿਤ ਕਥਾ ਹੈ ਪਰ ਸੁਣੀ ਨਹੀਂ ਜਾਂਦੀ ਬਹੁਤ ਔਖੀ ਹੈ ਸੁਣਨੀ ਗੁਰੂ ਸਾਹਿਬ ਕਹਿ ਰਹੇ ਨੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਇਹ ਬਹੁਤ ਔਖੀ ਹੈ ਸੁਣਨੀ ਇਹਦਾ ਵਿਛੂ ਲੜ ਜਾਂਦਾ ਨਾਮ ਸੁਣ ਤੇ ਜਾਣ ਵਿਛੂ ਸਾਨੂੰ ਸਾਗਤ ਤੇ ਤਾਂ ਵਿਛੂ ਲੜਦਾ ਇੰਨੀ ਦਰਦ ਕਰਦਾ ਉਹਨੂੰ ਕਥਾ ਸੁਣਦੀ ਸਾਰ ਦਰਦ ਹੁੰਦਾ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਥਾ ਰਾਰ ਕਰਦੇ ਝੂਠੀ ਲੱਗਦਾ ਥਾ ਬੜੀਆਂ ਗਾਥਾਵਾਂ ਬਣਾਈਆਂ ਨੇ ਨਾ ਕਹਾਣੀਆਂ ਗਾਥਾ ਹੁੰਦੀ ਹੈ ਕਬੋਲ ਕਾਲਪਨਿਕ ਗੱਲ ਰਮਾਇਣ ਸਾਰੀ ਕਾਲਪਨਿਕ ਹੈ ਮਹਾਂਭਾਰਤ ਸਾਰੀ ਕਾਲਪਨਿਕ ਹੈ ਉਹ ਸੁਣ ਸੁਣ ਕੇ ਉਹਦੇ ਨਾਲ ਜੁੜਿਆ ਹੋਇਆ ਗਾਥਾ ਨਾਲ ਜੁੜ ਕੇ ਆਹ ਜਿਹੜੇ ਸ਼ੁੱਧ ਕੀਤੇ ਨੇ ਸਿਮਰਤ ਸ਼ਾਸਤਰ ਆਹ ਕਥਾ ਉਹਨੂੰ ਠੀਕ ਮੰਨਦਾ ਇਹਨੂੰ ਗਲਤ ਮੰਨਦਾ ਨਹੀਂ ਜੀ ਨਹੀਂ ਇਹ ਕਿਵੇਂ ਹੋਜੂ ਇਹ ਨਹੀਂ ਸੁਣੀ ਜਾਂਦੀ ਉਹ ਗਾਥਾ ਜਿਹੜੀ ਪਹਿਲੀ ਸੁਣੀ ਹੋਈ ਹੈ ਸੀਤਾ ਰਾਮ ਸੀਤਾ ਲਛਮਣ ਉਹਦੇ ਨਾਲ ਜੁੜ ਗਿਆ ਉਹਦੇ ਨਾਲ ਜੁੜ ਕੇ ਝਗੜਾ ਕਰਦਾ ਹੈ ਲੈ ਸੀਤਾ ਤਾਂ ਐਂ ਸੀ ਸੀਤਾ ਉਹ ਹੈ ਜਦੋਂ ਬੁੱਧੀ ਸ਼ਾਂਤ ਹੋ ਜਾਂਦੀ ਹੈ ਸੀਤਾ ਇਹੀ ਬਦਲ ਕੇ ਬਣਦੀ ਹੈ ਇਹ ਦੁਰਮਤ ਦਾ ਨਾਂ ਦ੍ਰੋਪਦੀ ਹੈ ਜੇ ਦੁਰਮਤ ਧਾਰਨ ਕੀਤੀ ਹੋਈ ਹੈ ਬੁੱਧ ਨੇ ਦ੍ਰੋਪਦੀ ਬੁੱਧੀ ਦਾ ਨਾਂ ਹੈ ਹਾਂ ਸੀਤਾ ਵੀ ਇਹਦਾ ਨਾਂ ਬਣਨਾ ਜੇ ਰਾਮ ਨਾਲ ਜੁੜੀ ਹੋਈ ਹੈ ਬੁੱਧੀ ਤਾਂ ਸੀਤਾ ਮੇਰਾ ਮਨ ਸੀਤ ਲਾਇਆ ਮਨ ਸੀਤ ਜਦੇ ਹੋਣਾ ਜਦ ਸੀਤਾ ਬਣਨੀ ਹੈ ਬੁੱਧੀ ਜਦ ਇਹਨੇ ਰਾਮ ਨਾਲ ਜੁੜਨਾ ਤਾਂ ਸੀਤਾ ਜੇ ਰਾਵਣ ਨਾਲ ਜੁੜੀ ਹੋਈ ਹੈ ਫਿਰ ਇਹ ਦੁਰਮਤ ਹੈ ਰਾਵਣ ਨਹੀਂ ਮਤ ਹੈ ਇਹਦੇ ਔਗਣਵਾਚਕ ਨਾਂ ਨੇ ਜਾਂ ਗੁਣਵਾਚਕ ਨਾਂ ਨੇ ਚੜੈ ਕਾਮ ਕ੍ਰੋਧ ਦ੍ਰਿਸ਼ਟਾਈ ਕੀ ਚੜ ਜਾਂਦਾ ਕਾਮਨਾ ਚੜ ਜਾਂਦੀ ਹੈ ਹਰ ਕਿਸਮ ਦੀ ਭੁੱਖ ਮਾਇਆ ਦੀ ਚੜ ਜਾਂਦੀ ਹੈ ਕ੍ਰੋਧ ਚੜ ਜਾਂਦਾ ਦੁਸ਼ਟਾਈ ਵੀ ਚੜ ਜਾਂਦੀ ਦ੍ਰਿਸ਼ਟਾਈ ਦ੍ਰਿਸ਼ਟਾਈ ਆਹ ਦ੍ਰਿਸ਼ਟਾਈ ਦੁਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਜਿਹਦੇ ਤੇ ਗੁਸਾਈ ਦੀ ਕਿਰਪਾ ਹੁੰਦੀ ਹੈ ਦੁਸ਼ਟ ਕੀ ਹੁੰਦਾ
दूए का बुरा सोचना किवें सोचना तिरना बाजा ते सिकदारा तिना पड़िया नौ फाही लगी जात पावे फाही लगी जात पावन जिहड़ी है दुष्टाई जान बुझ के लोगों को उल्टा ज्ञान उल्टेरा पाना इदो दुष्टाई होर कोई है फाही लगी जात फहायन आदमी नूं फहा सकदे ने सिर्फ आदमी की जात नूं जानवरों नूं नहीं फसा सकते जानवर इन्हां दी बोली नहीं जानते जानवर नहीं इन्हां दे कहणे जाए कि इन्हां दी गल मन लैण आदमी मन लैंदा आदमी की बोली जे कर दिंदे ना वो तो गुरु है सारयां दी बोली जानदा जिहड़ा गुरु है सारयां दी बोली जानदा जिहड़ा गुरदेव हुंदा है वो सिर्फ आदमी की बोली जानदा गुरदेव माता गुरदेव पिता गुरदेव स्वामी परमेश्वर गुरदेव सखा ज्ञान भजन गुरदेव है गुरु नहीं हुंदा इन्हां नूं गुरदेव और गुरु दे दा नहीं पता गुरदेव और गुरु की फर्क है गुरु तो सारयां नूं दिंदा सिख्या ਉਹਦਾ ਜਿਹੜੀ ਸਿੱਖਿਆ ਉਹ ਕੰਨਾਂ ਨੂੰ ਸੁਣਨ ਵਾਲੀ ਵੀ ਨਹੀਂ ਹੁੰਦੀ ਗੁਰਦੇਵ ਦੀ ਸਿੱਖਿਆ ਕੰਨਾਂ ਨੂੰ ਸੁਣਨ ਵਾਲੀ ਹੁੰਦੀ ਹੈ ਗੁਰਬਾਣੀ ਕੰਨਾਂ ਨੂੰ ਸੁਣਨ ਵਾਲੀ ਹੈ ਇਹ ਗੁਰਦੇਵ ਦੀ ਸਿੱਖਿਆ ਆਈ ਹੋਈ ਚਾਹੇ ਭਾਵੇਂ ਸੱਚਖੰਡ ਤੋਂ ਹੀ ਹੈ ਪਰ ਇਹ ਤਾਂ ਉਹਦਾ ਇੱਕ ਕਿਣਕ ਹੈ ਉਹਦੇ ਸਾਰਿਆਂ ਨੂੰ ਸਿੱਖਿਆ ਉਹ ਬੀਜ ਮੰਤਰ ਸਰਬ ਕੋ ਗਿਆਨ ਚੜ੍ਹੇ ਕਾਮ ਕ੍ਰੋਧ ਦੁਰਸਤਾਈ ਨਾਨਕ ਜਾ ਕੋ ਕਿਰਪਾ ਗੁਸਾਈ ਜਿਹਦੇ 'ਤੇ ਗੁਸਾਈ ਦੀ ਕਿਰਪਾ ਹੋਵੇ ਉਹਦੇ 'ਤੇ ਸਾਰੇ ਜਿਹੜੀ ਮੈਲ ਝੜ ਜਾਂਦੀ ਹੈ ਜੇ ਗੁਰਬਾਣੀ ਦੀ ਕਥਾ ਸੁਣਦਾ ਸਾਰੇ ਉਹਦੇ ਜਿਹੜੇ ਪਾਪ ਨੇ ਲਹਿ ਜਾਂਦੇ ਨੇ ਸਾਰੇ ਉਹਦੇ ਵਿਕਾਰ ਦੂਰ ਹੋ ਜਾਂਦੇ ਨੇ ਛੁੱਟ ਜਾਂਦੇ ਨੇ ਸਲੋਕ ਯਤਨ ਕਰੋ ਤੁਮ ਅਨੇਕ ਵਿਧੀ ਰਹਿਣ ਨਾ ਪਾਵੋ ਉਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਦੇਖੋ ਹਰ ਧਰਮ ਵਾਲਾ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਜਿਉਂਦਾ ਰਹਾਂ ਜੀਵਨ ਲੋੜ ਲੋਚਦੇ ਨੇ ਸਾਰੇ ਇਸ ਕਰਕੇ ਧਰਮ ਧਾਰਨ ਕਰਦੇ ਨੇ ਹੁਣ ਦੱਸਦੇ ਨੇ ਵੀ ਜੇ ਤੁਸੀਂ ਜੀਵਨ ਲੋੜ ਲੋਚਦੇ ਹੋ ਕੋਈ ਬੁਰੀ ਗੱਲ ਨਹੀਂ ਹੈ ਧਰਮ ਉਹੀ ਹੈ ਜਿਹੜਾ ਜੀਵਨ ਦੇਵੇ ਜੀਵਨ ਦਾਨ ਦੇਵੇ ਸਦ ਜੀਵਨ ਕਰੇ ਜਿਹੜਾ ਸਦ ਜੀਵਨ ਨਹੀਂ ਕਰਦਾ ਧਰਮ ਨਹੀਂ ਜਿਹੜਾ ਮੈਂ ਰਿੱਤ ਸਿੱਧੀ ਗੱਲ ਕਰਦਾ ਧਰਮ ਨਹੀਂ ਹੈ ਉਹ ਧਰਮ ਨਹੀਂ ਹੋ ਸਕਦਾ ਉਹ ਤਾਂ ਫਸਾਉਣ ਵਾਲਾ ਹੈ ਰਿੱਤ ਸਿੱਧਾ ਤੁਹਾਡੇ ਕੋਲ ਮਿਲੀ ਹੋਈ ਹੋਈ ਹੈ ਜੇ ਧਾਰਮਿਕ ਆਦਮੀ ਨੇ ਵੀ ਇਹੀ ਦਿੱਤੀ ਫਿਰ ਉਹ ਤਾਂ ਰਾਜਾ ਹੀ ਹੈ ਰਾਜਾ ਵੀ ਦੇ ਸਕਦਾ ਕੋਈ ਅਮੀਰ ਆਦਮੀ ਵੀ ਦੇ ਸਕਦਾ ਉਹ ਤਾਂ ਕਾਲਜ ਬਣੇ ਹੋਏ ਨੇ ਕਾਲਜਾਂ ਦੀ ਪੜ੍ਹਾਉਂਦੇ ਨੇ ਬਥੇਰੇ ਪੈਸੇ ਇਕੱਠੇ ਕਰ ਲੈਂਦੇ ਨੇ ਲੋਕ ਡਾਕਟਰ ਬਣ ਕੇ ਇੰਜੀਨੀਅਰ ਬਣ ਕੇ ਕੋਈ ਸੰਤ ਬਣਨ ਦੀ ਲੋੜ ਨਹੀਂ ਹੈ ਰਿੱਧ ਸਿੱਧ ਵਾਸਤੇ ਧਰਮ ਦੀ ਲੋੜ ਨਹੀਂ ਹੈ ਧਰਮ ਦੀ ਲੋੜ ਹੈ ਸਦ ਜੀਵਨ ਜਨਮ ਮਰਨ ਤੋਂ ਛੁਟਕਾਰਾ ਕਿਵੇਂ ਹੋਊਗਾ ਸਵਾਲ ਇਹ ਦੱਸਿਆ ਹੈ ਯਤਨ ਕਰੋ ਤੁਮ ਅਨੇਕ ਵਿਧੀ ਤੁਸੀਂ ਅਨੇਕਾਂ ਵਿਧੀਆਂ ਅਪਣਾ ਲਈਆਂ ਅਨੇਕਾਂ ਵਿਧੀਆਂ ਮਤਾਂ ਅਪਣਾ ਲਈਆਂ ਫਿਰ ਵੀ ਜੀਵਨ ਮੁਕਤ ਹੋਣ 'ਚ ਕਾਮਯਾਬ ਨਹੀਂ ਹੋ ਸਕਦਾ ਰਹਿ ਨਾ ਪਾਓ ਉਮੀਦ ਫਿਰ ਵੀ ਰਹਿ ਨਹੀਂ ਸਕਦੇ ਸਰੀਰ ਕਰਕੇ ਤਾਂ ਰਹਿਣਾ ਹੀ ਨਹੀਂ ਮਾਨਾ